ਭਿਆਨਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਇੱਕ ਤੇਜ਼ ਰਫ਼ਤਾਰ ਗੱਡੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਦਿੱਲੀ ਮੁੰਬਈ ਐਕਸਪ੍ਰੈਸ ਵੇ ਹੈ ਜਿਸ ਤੇ 160 ਦੀ ਸਪੀਡ ਤੇ ਇਹ ਗੱਡੀ ਜਾ ਰਹੀ ਸੀ ਤਾਂ ਅਚਾਨਕ ਜਾਂਦੇ ਜਾਂਦੇ ਇਹ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਤੇ ਜਾ ਚੜੀ। ਕੱਚੇ ਰਸਤੇ ਤੇ ਵੀ ਕਾਫੀ ਦੇਰ ਤੱਕ ਦੌੜਦੀ ਰਹਿੰਦੀ ਹੈ ਤੇ ਅਚਾਨਕ ਪਿੱਲਰ ਦੇ ਨਾਲ ਵੱਜਦੀ ਹੈ। ਦੱਸਦੀ ਹੈ ਕਿ ਸਾਬਕਾ ਮੰਤਰੀ ਜਸਵੰਤ ਸਿੰਘ ਦਾ ਬੇਟਾ, ਉਹਨਾਂ ਦੀ ਨੂੰਹ ਅਤੇ ਪੋਤਾ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਉਹਨਾਂ ਦੀ ਨੂੰਹ ਦੀ ਮੌਤ ਹੋ ਗਈ ਹੈ। ਤਾਂ ਰਾਜਸਥਾਨ ਦੇ ਸਾਬਕਾ ਸਾਂਸਦ ਮਾਨਵਿੰਦਰ ਸਿੰਘ ਦੀ ਗੱਡੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਉਹਨਾਂ ਦੀ ਪਤਨੀ ਚਿਤਰਾ ਸਿੰਘ ਦੀ ਮੌਤ ਹੋ ਗਈ ਹੈ, ਜਦਕਿ ਮਾਨਵਿੰਦਰ ਸਿੰਘ ਅਤੇ ਉਹਨਾਂ ਦਾ ਪੁੱਤਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਤੇ ਗੱਡੀ ਦੀ ਸਪੀਡ 160 ਵੀ ਦੱਸੀ ਜਾ ਰਹੀ ਹੈ ਤੇ ਡਿਵਾਈਡਰ ਦੇ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਗੱਡੀ ਅਚਾਨਕ ਜਾਂਦੇ ਜਾਂਦੇ ਬੇਕਾਬੂ ਹੋ ਗਈ। 160 ਤੋਂ ਉੱਤੇ ਦੀ ਕਾਰ ਦੀ ਸਪੀਡ ਸੀ। ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਤਸਵੀਰਾਂ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਫੀ ਦੂਰ ਤੱਕ ਕੱਚੇ ਰਸਤੇ ਤੇ ਵੀ ਇਹ ਕਾਰ ਦੌੜਦੀ ਰਹੀ ਹੈ। ਤਾਂ ਬਾੜਮੇਰ ਦੇ ਸਾਬਕਾ ਸਾਂਸਦ ਮਾਨਵਿੰਦਰ ਸਿੰਘ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਸਾਬਕਾ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਨੇ ਤੇ ਮਾਨਵਿੰਦਰ ਸਿੰਘ ਦੀ ਪਤਨੀ ਚਿਤਰਾ ਸਿੰਘ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਪੂਰਾ ਪਰਿਵਾਰ ਕਾਰ 'ਚ ਜਾ ਰਿਹਾ ਸੀ, ਪੁੱਤਰ ਵੀ ਕਾਰ ਦੇ ਵਿੱਚ ਸਵਾਰ ਸੀ ਤੇ ਅਚਾਨਕ ਇਹ ਹਾਦਸਾ ਹੋ ਗਿਆ ਹੈ। ਤਾਂ ਰਾਜਸਥਾਨ ਕਾਂਗਰਸ ਦੇ ਆਗੂ ਮਾਨਵਿੰਦਰ ਸਿੰਘ ਜਿਹੜੇ ਨੇ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਉਹਨਾਂ ਦੀ ਪਤਨੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਦੱਸਦੀ ਹੈ ਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਜਾ ਰਿਹਾ ਸੀ ਤਾਂ ਇਹ ਹਾਦਸਾ ਹੋਇਆ ਹੈ। ਭਿਆਨਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਇੱਕ ਤੇਜ਼ ਰਫ਼ਤਾਰ ਗੱਡੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਦਿੱਲੀ ਮੁੰਬਈ ਐਕਸਪ੍ਰੈਸ ਵੇ ਹੈ ਜਿਸ ਤੇ 160 ਦੀ ਸਪੀਡ ਤੇ ਇਹ ਗੱਡੀ ਜਾ ਰਹੀ ਸੀ ਤਾਂ ਅਚਾਨਕ ਜਾਂਦੇ ਜਾਂਦੇ ਇਹ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਤੇ ਜਾ ਚੜੀ। ਕੱਚੇ ਰਸਤੇ ਤੇ ਵੀ ਕਾਫੀ ਦੇਰ ਤੱਕ ਦੌੜਦੀ ਰਹਿੰਦੀ ਹੈ ਤੇ ਅਚਾਨਕ ਪਿੱਲਰ ਦੇ ਨਾਲ ਵੱਜਦੀ ਹੈ। ਦੱਸਦੀ ਹੈ ਕਿ ਸਾਬਕਾ ਮੰਤਰੀ ਜਸਵੰਤ ਸਿੰਘ ਦਾ ਬੇਟਾ, ਉਹਨਾਂ ਦੀ ਨੂੰਹ ਅਤੇ ਪੋਤਾ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਉਹਨਾਂ ਦੀ ਨੂੰਹ ਦੀ ਮੌਤ ਹੋ ਗਈ ਹੈ। ਤਾਂ ਰਾਜਸਥਾਨ ਦੇ ਸਾਬਕਾ ਸਾਂਸਦ ਮਾਨਵਿੰਦਰ ਸਿੰਘ ਦੀ ਗੱਡੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਉਹਨਾਂ ਦੀ ਪਤਨੀ ਚਿਤਰਾ ਸਿੰਘ ਦੀ ਮੌਤ ਹੋ ਗਈ ਹੈ, ਜਦਕਿ ਮਾਨਵਿੰਦਰ ਸਿੰਘ ਅਤੇ ਉਹਨਾਂ ਦਾ ਪੁੱਤਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਤੇ ਗੱਡੀ ਦੀ ਸਪੀਡ 160 ਵੀ ਦੱਸੀ ਜਾ ਰਹੀ ਹੈ ਤੇ ਡਿਵਾਈਡਰ ਦੇ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਗੱਡੀ ਅਚਾਨਕ ਜਾਂਦੇ ਜਾਂਦੇ ਬੇਕਾਬੂ ਹੋ ਗਈ। 160 ਤੋਂ ਉੱਤੇ ਦੀ ਕਾਰ ਦੀ ਸਪੀਡ ਸੀ। ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਤਸਵੀਰਾਂ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਫੀ ਦੂਰ ਤੱਕ ਕੱਚੇ ਰਸਤੇ ਤੇ ਵੀ ਇਹ ਕਾਰ ਦੌੜਦੀ ਰਹੀ ਹੈ। ਤਾਂ ਬਾੜਮੇਰ ਦੇ ਸਾਬਕਾ ਸਾਂਸਦ ਮਾਨਵਿੰਦਰ ਸਿੰਘ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਸਾਬਕਾ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਨੇ ਤੇ ਮਾਨਵਿੰਦਰ ਸਿੰਘ ਦੀ ਪਤਨੀ ਚਿਤਰਾ ਸਿੰਘ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਪੂਰਾ ਪਰਿਵਾਰ ਕਾਰ 'ਚ ਜਾ ਰਿਹਾ ਸੀ, ਪੁੱਤਰ ਵੀ ਕਾਰ ਦੇ ਵਿੱਚ ਸਵਾਰ ਸੀ ਤੇ ਅਚਾਨਕ ਇਹ ਹਾਦਸਾ ਹੋ ਗਿਆ ਹੈ। ਤਾਂ ਰਾਜਸਥਾਨ ਕਾਂਗਰਸ ਦੇ ਆਗੂ ਮਾਨਵਿੰਦਰ ਸਿੰਘ ਜਿਹੜੇ ਨੇ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਉਹਨਾਂ ਦੀ ਪਤਨੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਦੱਸਦੀਏ ਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਜਾ ਰਿਹਾ ਸੀ ਤਾਂ ਇਹ ਹਾਦਸਾ ਹੋਇਆ ਹੈ।
कर्नल साहब का स्वास्थ्य ठीक है और उनको यहाँ से गुड़गांव शिफ्ट कर रहे हैं। अमीर सिंह की भी तबीयत ठीक है, मामूली फ्रैक्चर है। जो क्षति हुई है वो सभी को बहुत ही बड़ी क्षति हुई है। मानविंदर सिंह जी को अभी अलवर से गुड़गांव एक हॉस्पिटल में शिफ्ट हम कर रहे हैं। मातेश्वरी का आशीर्वाद रहेगा और मैं सभी से निवेदन भी करूंगा कि आप सब भी दुआ कीजिएगा, विनती कीजिएगा कि जल्द से जल्द आदरणीय मानविंदर सिंह जी स्वस्थ होकर हम सब के बीच में। कई सारी चीज़ें हैं, अभी प्रायोरिटी मानविंदर सिंह जी का स्वास्थ्य है, बाकी सब बातें होती रहेंगी। डॉक्टर्स कह रहे हैं कि स्थिति ठीक है, खतरे से बाहर है, पर सभी और डॉक्टर्स का ये कहना है कि कोई इनसाइड कोई ऐसी चोट ना हो, इंजरी नहीं हो, इसके लिए अभी एक बार बेहतर ट्रीटमेंट के लिए गुड़गांव शिफ्ट करना जरूरी है।